ਸ਼ਾਰ ਦੇ ਚੱਕਰ ਲੈਦੇ ਪਾਗਾ ਡਾਕੂਮੈਂਟਰੀ ਬਣਾਉਣੇ ਉਹਦੇ ਵਿੱਚ ਮੈਂ ਤਾਂ ਇਹ ਡੋਕੀ ਦੀ ਮਹਿੰਗਾਈ ਦਾ ਕੀ ਅਸਰ ਪੈ ਤੇਰੀ ਦੁਕਾਨ ਦਾ ਉੱਤੇ ਚਾਚਾ ਵੀਡੀਓ ਬਣਾਉਣਾ ਪਿਆ ਤੇਰੀ ਸ਼ਾਮ ਨੂੰ ਤੇ ਪੁਲਿਸ ਲਚਾ ਸਰ ਇਹ ਨਹੀਂ ਦੱਸੋ ਮੈਂ ਫਿਲਾਣੀ ਪਾਰਟੀ ਦਾ ਪਾਰਟੀ ਚਲੇ ਵੇ ਰੋਲਾ ਰੋਲਾ ਕਾਲੀ ਬਸ ਇਹ ਦੱਸ ਕੇ ਭਾਈ ਮਹਿੰਗਾਈ ਵਿੱਚ ਫਿਲਾਣੀ ਸ਼ਾਈ ਵਿੱਚ ਮੇਰੀ ਸੇਲ ਘੱਟ ਥੀ ਹੈ ਜਾਂ ਜ਼ਿਆਦਾ ਥੀ ਹੈ ਕਮਲਾ ਨਹੀਂ ਮਹਿੰਗਾਈ ਦਾ ਕੀ ਅਸਰ ਪੈ ਤੇਰੀ ਦੁਕਾਨ ਦਾ ਉੱਤੇ ਦੁਕਾਨ ਠੀਕੀ ਤਾਂ ਨਹੀਂ ਥੀ ਤੇਰੀ ਬੈਠੀ ਤਾਂ ਨਹੀਂ ਨਾ ਨਾ ਇਹ ਕੋ ਦੂਤਰਾ ਸਵਾਲ ਦੱਸ ਵਲਾ ਉਹਦੇ ਪੁੱਛੀ ਖਾੜ 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 ਤਾਂ ਸਹੀ ਚਾਚੇ ਦੁਕਾਨ ਤੇਰੀ ਦੁਕਾਨ ਤੇ ਸ਼ਾਲ ਜਾਣ ਦੇ ਨਾ ਲੱਗਦਾ ਬੰਦਾ ਇੱਕ ਦਿਹਾਤ ਦੇ ਵਿੱਚ ਕਿਤਨਾ ਕੋਈ ਅਸਰ ਹੈ ਮਹਿੰਗਾਈ ਦਾ ਸ਼ਹਿਰੇ ਤੇ ਲੋਕ ਫਿਟੇ ਦਾ ਪਿਆ ਸਰ ਤੁਹਾ ਕੋ ਕਿਆ ਫੀਲਦਾ ਕੋਈ ਮਹਿਸੂਸ ਹੈ ਮਹਿੰਗਾਈ ਦਾ ਮਹਿੰਗਾਈ ਦਾ ਮਸਲਾ ਬਾਲੇ ਸ਼ਾਲੇ ਦੇ ਖਰਚ ਖਰਾਜਾ ਦੇ ਹਿਸਾਬ ਨਾਲ ਕਿਆ ਨਿਜ਼ਾਮ ਹੈ ਇਹ ਤੁਸੀਂ ਆਵਾਮ ਵਿੱਚ ਵਾਲਾ ਕੱਢ ਕੇ ਅੰਦਰ ਆ ਲੈ ਅਸਾਂ ਕਿਸੇ ਕਹਿੰਗਾ ਨਹੀਂ ਮਹਿੰਗਾਈ ਬਹੁਤ ਜ਼ਿਆਦਾ ਹੈ ਸੇਲ ਵਾਲੀ ਕਿਨੇ ਦਿਨ ਵੇ ਘਾਟੇ ਸੇਲ ਬਸ ਤਕਰੀਬਨ ਘਾਟੇ ਤਕਰੀਬਨ ਘਾਟੇ ਤਕਰੀਬਨ ਕਿਆ ਪੈਗਾਮ ਦੇਵਣ ਚਾਹੋ ਸ਼ਬਾਸ਼ ਜੀ ਹੋਟਲ ਆਪਣਾ ਚਾਹ ਹੀ ਕਿਵੇਂ ਦੇਗੜਾ ਚੜਵਾ ਕਰਵਾਵੀ ਠੀਕ ਡਾਲਾ ਹੋ ਸੀ ਕਮ ਅਜ ਕਮ ਪੁਲਿਸ ਆ ਜਾਣਾ ਬੰਦੇ ਲਿਖੇ ਹੁੰਦੇ ਸੀ ਜਿਹੜੇ ਜਿਹੜੇ ਚਾਹੁਣ ਕੀ ਹਾਲ ਹੈ ਠੀਕ ਹੋ ਤੁਸੀਂ ਠੀਕ ਹੈ ਮਰੀਮ ਨਵਾਜ਼ ਦਾ ਇੰਟਰਵਿਊ ਤੁਸੀਂ ਸੁਣਿਆ ਹੋ ਸੀ ਪਿਛਲੇ ਦੀ ਵਾਰ ਕੋਈ ਨਹੀਂ ਸੁਣਿਆ ਕਿਉਂਕਿ ਇਹ ਪਤਾ ਵਜ਼ੀਰ ਆਜ਼ਮ ਕੌਣ ਹੈ ਪਕੜਿਆ ਗਏ ਖੈਰ ਮੁਬਾਰਕ ਅੱਲਾ ਦਾ ਨਾਮ ਮੁਬਾਰਕ ਹੋਵੇ ਤੇ ਇਹ ਤਾਂ ਮੇਰਾ ਸਾਰਾ ਹਮਸਾਇਆ ਬਣ ਜਾ ਕੋਈ ਹਾਏ ਹਾਏ ਅਮਨ ਸਕੋ ਨੇ ਫਿਰ ਤੋਂ ਦੇਉਦਾ ਖੈਰ ਮੁਬਾਰਕ ਬਾਗੂ ਮੁਬਾਰਕ ਹੋਵੇ ਅੱਲਾ ਖੁਸ਼ ਰੱਖੇ ਕਿਤਾ ਤਿਆਰੀ ਕੀਤੀ ਹੋਵੇ ਇਹ ਮਾਰ ਕੋਮ ਦੇ ਉਹ ਚਾਹ ਜਿੰਨੇ ਪਕੌੜੇ ਦੇ ਸਮੋਸ ਇਤਨੀ ਕਿੰਨੀ ਤਿਆਰੀ ਕਰੇ ਪਕੌੜੇ ਸਮੋਸੇ ਤਿਆਰ ਹੋ ਚਾਹ ਅੱਲਾ ਕੋਮ ਓਕੇ ਰਹਿ ਮਜਾਏ ਪਿਆ ਤੂੰ ਹਾਂ ਦਿਲ ਆਵੇਸ ਦਿਲ ਆਵੇਸ ਹਾਂ ਹਾਂ ਕੀ ਹੈ ਬਸ ਕਰ ਗਿਆ ਹੁਣ ਠੀਕ ਠਾਕ ਬੜਦਾ ਉਹਦੇ ਤੂੰ ਫਿਰਦਾ ਉਹਦੇ ਸਰ ਸਰ ਲੈ ਵੀ ਨਹੀਂ ਰਹੀ ਜਾਂਦੇ ਕੀ ਹਾਲ ਹੈ ਵੀਡੀਓ ਬਣਾ ਕੇ ਨੂੰ ਸਹੀ ਨਾਰਾਜ਼ਗੀ ਤਾਂ ਕੋਈ ਨਾ ਬੜੀ ਮਿਹਰਬਾਨੀ ਜੀਵਨ ਈਦ ਤਾਂ ਕੀਤੀ ਨੀ ਵੀ ਹੈ ਬਾਈ ਈਦ ਨੀ ਵੀ ਕੀਤੀ ਜ਼ਿੰਦਾਬਾਦ ਨਾਰਾ ਨਾ ਸੁਣਦਾ ਮੈਂ ਉਹ ਕੰਨ ਚੜ ਗਿਆ ਤੇਰੇ ਵਾਸਤੇ ਤੂੰ ਵੀਡੀਓ ਨਾ ਬਣਾਉਣ ਦਿੰਦਾ ਆਹ ਫਤੇ ਨੇ ਚੋਰ ਕਰ ਦੀ ਜੰਮ ਸਲਾਮ ਅਲੈਕੁਮ
ਕੀ ਵੇ ਹਾਲ ਹਨ ਠੀਕ ਵਧੀਆ ਕਦਰ ਮੀਟੀ ਸ਼ਕਲ ਲਿਖਾ ਮਾਰ ਗਾ ਮੈਂ ਆ ਜਰਾ ਬਣੇ ਦਾ ਤਾਂ ਸਵੇਰ ਦਾ ਕੈਮਰਾ ਦੇ ਪਿੱਛੇ ਬੈਠਾ ਸੀਆ ਮੇਰਾ ਪਤਾ ਹੀ ਕਾ ਨਹੀਂ ਹੋਆ ਉਹ ਤਾਂ ਪਤਾ ਕਿਉਂ ਕਾ ਬੜੀ ਮਿਹਰਬਾਨੀ ਸੀ